अल्लाह का शुक्र है जी, तिना महीनों जी दस बच्चे पाए ने, दसा मरलों का फार्म बनाया घरे, तो 2 लाख रुपया बचिया जी। 35,000 की नौकरी नालों घर का काम चंगा आदा ना भी ये दुआ आदि घरे फार्म बना के आदा घर का काम शुरू कर लो। बीमारी इन्हें आँदी है अगे दाने वाली आई रही है, हूँ मूँह खोर की बीमारी आई। मूँह खोर की बीमारी वास्ते की कर दे जे? उन दे चे है भी या तो वैक्सीन लवा लो, 25 डंगर की वैक्सीन होंगी 6,000 की आँदी है। अच्छा जी, जी वो नहीं करवानी तो फिर तुम पीर लो। आपका मेजबान अली रजा आपकी खिदमत में हाजिर है और आप देख रहे हैं रजा इब्राहिम यूट्यूब चैनल और फेसबुक पेज। नाजरीन, आज हम आपको लेके आए एक छोटे से फार्म पे जहाँ पे 10 बछड़ों की फार्मिंग की जा रही है। इसकी हम आपको मुकम्मल डिटेल देंगे कि बछड़े पाले कैसे जाते हैं और इनको बेचा कहाँ जाता है। अस्सलामुअलैकुम जी। वालेकुम सलाम जी। चाचा जी, सब तो पहले अपना तारफ करायो जी। मेरा नाम जी मोहम्मद इकबाल है, उपाणा दा रहसी है, पाक पतन दे नाल चक उपाणा जी। अच्छा जी, चाचा जी ये बच्चा फार्मिंग तुसी किन्नी देर तो करदे पए हो? असी जी साल एक हो गया जी। अच्छा जी, जी। अच्छा तुसी एक साल दे विच किन्ने फलाक कट चुके ते किन्ने किन्ने बच्चे दे कड्डे जे? 12 बच्चे दे जी। अच्छा जी, सही। ते इस टाइम जेड़े तुहाडे कोल ए पिछे बच्चे खड़े ने, ए किन्ने बच्चे ने? 10 बच्चे ने जी। अच्छा, 10 बच्चे। अच्छा चाचा जी, सब तो पहले हुंदा है बच्चे खरीदना। हां जी। ए तुसी बच्चे कित्थों खरीद के ल्यांदे? मंडियां तो खरीदने जी। मंडियां तो? केड़ियां मंडियां तो? मंडी चले जाओ जी, दुआ कंबीर वाली मंडी उत्थों खरीद लईदे आ, या जुमा बाजार या लगदा पुराने थाने उत्थों खरीद लईदा। अच्छा जी, उस तो अलावा मरदसा है ਉਥੋਂ ਲੈ ਆਈਦਾ, ਬਾਵਲ ਨਗਰ ਦੇ ਕੋਲ ਮਰਦਸਾ ਚੱਕ ਕੇ। ਸਹੀ। ਅੱਗੇ ਜੀ ਦੁਆ ਲੁੱਡਣ ਹੈ, ਲੁੱਡਣੋਂ ਲੈ ਆਈਦੇ ਆ ਜੀ। ਸਹੀ ਹੈ ਚਾਚਾ ਜੀ, ਸਭ ਤੋਂ ਪਹਿਲਾ ਕੰਮ ਬੱਚੇ ਖਰੀਦਣਾ। ਇਹ ਖਰੀਦਣ ਵਾਸਤੇ ਬੰਦੇ ਨੂੰ ਕੋਈ ਤਜਰਬਾ ਵੀ ਚਾਹੀਦਾ ਹੈ ਜਾਂ ਆਮ? ਤਜਰਬਾ ਤਾਂ ਬਿਲਕੁਲ ਚਾਹੀਦਾ, ਇਹ ਤਾਂ ਨਹੀਂ ਹੁਣ ਦੂੜ ਮਣ ਦਾ ਬੱਚਾ ਹੋਵੇ ਤੋ 60,000 ਦਾ ਖਰੀਦੀ ਰੱਖੇ ਤੇ ਉਹਨੂੰ ਫਿਰ ਕਿੱਥੋਂ ਬਚਣੇ ਨੇ? ਸਹੀ ਹੈ। ਇਹ ਜਦੋਂ ਤੁਸੀਂ ਬੱਚਾ ਖਰੀਦਣ ਜਾਂਦੇ ਜੇ, ਉਹਦਾ ਵਜ਼ਨ ਐਵਰੇਜ ਕਿੰਨੇ ਵਜ਼ਨ ਦਾ ਖਰੀਦਦੇ ਜੇ? ਵਜ਼ਨ 2 ਤੋਂ 2.5 ਮਣ। 2 ਤੋਂ 2.5 ਮਣ, ਹਾਂ ਜੀ, ਸਹੀ ਹੋ ਗਿਆ। ਤੇ ਇਹ ਬੱਚੇ ਖਰੀਦਣ ਵਾਸਤੇ ਅਗਰ ਕੋਈ ਨਵਾਂ ਬੰਦਾ ਖਰੀਦਣ ਜਾਵੇ ਤਾਂ ਉਹਨੂੰ ਕੀ ਮਸ਼ਵਰਾ ਦਿਓਗੇ? ਉਹਨੂੰ ਮਸ਼ਵਰਾ ਇਹ ਦਵਾਂਗੇ ਨਾਲ ਬੰਦਾ ਲਿਜਾਵੇ ਆਦਾ ਖਰੀਦੇ। ਅੱਛਾ, ਤੇ ਖਰੀਦ ਕੇ ਲਿਆਵੇ ਪਾਵੇ ਤੇ ਅੱਲਾ ਰੋਜ਼ੀ ਦਿੰਦਾ। ਬੰਦਾ ਕਿੱਥੋਂ ਲੱਭਦਾ ਹੈ ਖਰੀਦਣ ਵਾਲਾ? ਬੰਦਾ ਜੀ ਭਾਵੇਂ ਮੰਡੀਆਂ 'ਚ ਲੈ ਲਓ ਭਾਵੇਂ ਮੇਰੇ ਰੰਗੇ ਨਾਲ ਲੈ ਜਾਓ, ਜਿਹੜਾ ਖਰੀਦਦਾ ਰਹਿੰਦਾ। ਸਹੀ ਹੈ। ਬੱਚਾ ਖਰੀਦਣ ਵਾਲੇ ਨੂੰ ਕਿੰਨੇ ਪੈਸੇ ਤੁਸੀਂ ਦਿੰਦੇ ਜੇ ਜਿਹੜਾ ਬੱਚਾ ਸਿਲੈਕਟ ਕਰਕੇ ਦਿੰਦਾ? 500 ਰੁਪਈਆ। ਅੱਛਾ ਅੱਛਾ ਚਾਚੇ, ਬੱਚੇ ਖਰੀਦਣ ਤੋਂ ਬਾਅਦ ਤੁਸੀਂ ਫਾਰਮ ਤੇ ਲੈ ਆਂਦੇ, ਸਭ ਤੋਂ ਪਹਿਲੇ ਇਹਨਾਂ ਨੂੰ ਫਾਰਮ ਤੇ ਲਿਆ ਕੇ ਕੀ ਕਰਦੇ ਜੇ? ਫਾਰਮ ਤੇ ਲਿਆਣ ਕੇ ਇਹਨਾਂ ਨੂੰ ਜੀ ਸਭ ਤੋਂ ਪਹਿਲੇ ਟੀਕੇ ਲਵਾਈਦੇ ਆ। ਅੱਛਾ ਜੀ, ਮੂੰਹ ਖੋਰਦੇ, ਦੂਵੇ ਦੇ ਆਂਦੇ ਲਹੂ ਮੂਤਰ ਨਾਲੇ। ਸਹੀ ਹੈ। ਗਲ ਘੋਟੂ ਦੇ। ਸਹੀ। ਫਿਰ ਬਾਅਦ ਚ ਇਹਨਾਂ ਨੂੰ ਵਾੜੇ ਛੱਡੀਦਾ, ਵਾੜੇ ਛੱਡ ਕੇ ਇਹਨਾਂ ਨੂੰ ਜੀ ਆਲੂ ਜੇ ਪਾਉਣੇ ਤੇ ਆਲੂ ਪਾਈਦੇ, ਜੇ ਵੰਡਾ ਪਾਉਣਾ ਤੂੜੀ ਵੰਡਾ ਪਾਈਦਾ। ਅੱਛਾ, ਤੁਸੀਂ ਇਸ ਟਾਈਮ ਜਿਹੜਾ ਮੌਸਮ ਜਾ ਰਿਹਾ ਹੈ ਯਾਨੀ ਕਿ ਸਰਦੀ ਖਤਮ ਹੋਣ ਨੂੰ, ਇਸ ਟਾਈਮ ਤੁਸੀਂ ਬੱਚਿਆਂ ਨੂੰ ਕਿਹੜੀ ਚੀਜ਼ ਪਾ ਰਹੇ ਹੋ ਫੀਡ ਵਿੱਚ? ਆਲੂ ਜੀ, ਆਲੂ। ਅੱਛਾ, ਉਸ ਤੋਂ ਇਲਾਵਾ? ਉਸ ਤੋਂ ਇਲਾਵਾ ਜੇ ਤੂੜੀ ਵੰਡਾ ਰਾਤੀ ਵੀ ਥੋੜ੍ਹਾ ਜਿਹਾ ਪਾਉਣਾ ਪੈਂਦਾ, ਕਿਉਂ ਇਹ ਹੈ ਨਾ ਵੀ ਆਲੂ ਖਾ ਕੇ ਵੱਛਾ ਆਫਰ ਨਾ ਜਾਵੇ, ਉਹਦੀ ਵਜ੍ਹਾ ਤੋਂ ਨਿਸਬਤ ਦਿਨੇ ਆਲੂ ਪਾਈ ਰੱਖੀਦਾ ਤੇ ਰਾਤੀ ਜਿਹੜਾ ਹੈ ਨਾ ਉਹ ਦੁਆ ਤੂੜੀ ਵੰਡਾ ਪਾ ਦਈਦਾ। ਅੱਛਾ ਚਾਚਾ, ਜੇ ਵੱਛਾ ਆਲੂ ਖਾ ਕੇ ਆਫਰ ਜਾਵੇ ਤੇ ਫਿਰ ਕੀ ਕਰਦੇ? ਫਿਰ ਉਹਨੂੰ ਤੇਲ ਗਰਮ ਕਰਕੇ ਪਾਣੀ ਦੇ ਵਿੱਚ ਤੇਲ ਗਰਮ ਕਰਕੇ ਉਹ ਦੇਈਦਾ। ਉਸ ਕਿਹੜਾ ਤੇਲ? ਕਿਹੜਾ ਤੇਲ? ਕੌੜਾ ਸਰੋਂ ਦਾ ਤੇਲ। ਅੱਛਾ, ਸਰੋਂ ਦਾ ਤੇਲ ਪਾਣੀ ਗਰਮ ਕਰਕੇ ਦਿੰਦੇ ਹੋ? ਹਾਂਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਜਦੋਂ ਵੱਛਾ ਖਰੀਦ ਕੇ ਲੈਂਦੇ ਹੋ, ਪਹਿਲੇ ਮਹੀਨੇ ਤੁਸੀਂ ਵੰਡਾ ਕਿੰਨਾ ਪਾਉਂਦੇ ਹੋ? ਪਹਿਲੇ ਕਿਲੋ ਵੰਡਾ ਰੱਖੀਦਾ ਜੀ। ਅੱਛਾ, ਉਸ ਤੋਂ ਬਾਅਦ 2 ਕਿਲੋ ਕਰ ਦੇਈਦਾ ਦੂਸਰੇ ਮਹੀਨੇ। ਅੱਛਾ, ਉਸ ਤੋਂ ਬਾਅਦ ਤੀਸਰੇ ਮਹੀਨੇ 3 ਕਿਲੋ ਕਰ ਦੇਈਦਾ ਜੀ। ਸਹੀ ਹੋ ਗਿਆ। ਤੇ ਅੱਛਾ ਚਾਚਾ, ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜੇ ਪੈਸੇ ਜੇ ਬਚਦੇ ਜਿਹੜੇ ਨੇ ਉਹ ਆਲੂ ਪਾਇਆ ਬਚਦੇ? ਆਲੂ ਪਾਇਆ ਬਚਦੇ ਜੀ। ਆਲੂ ਜਾਂ ਸੈਲਜ ਪਾਇਆ? ਆਲੂ ਭਾਈ। ਅੱਛਾ, ਆਲੂ ਵਿੱਚ ਜ਼ਿਆਦਾ ਪੈਸੇ ਪ੍ਰਾਫਿਟ? ਆਲੂ ਦਾ ਕੀ ਹਿਸਾਬ? ਆਲੂ ਦਾ ਕੀ ਰੇਟ ਸ਼ੇਟ ਹੈ ਜਿਹੜਾ? ਆਲੂ ਦਾ ਇਹ ਹੈ ਹੁਣ ਤੋੜਾ ਅਜੇ ਤਾਂ ਹੁਣ ਮਹਿੰਗਾ ਮਿਲ ਰਿਹਾ ਹੋਣਾ 2-250 ਦਾ ਤੋੜਾ। ਅੱਛਾ, ਜਦੋਂ ਹੋਰ 4 ਦਿਨ ਹੋ ਗਏ ਉਦੋਂ 150 ਦਾ 120 ਦੀ ਜਾਲੀ ਮਿਲੇਗੀ। ਸਹੀ ਹੈ। 4 ਜਾਲੀਆਂ ਸੁੱਟਦੇ ਇਹਨਾਂ 10 ਬੱਚਿਆਂ ਕੋਲ ਮੁੱਕਦੀਆਂ ਹੀ ਨਹੀਂ ਗੇ ਸ਼ਾਮ ਤੱਕ। ਸਹੀ, ਯਾਨੀ ਕਿ 10 ਬੱਚਿਆਂ ਦਾ ਵੰਡੇ ਦਾ ਤੋੜਾ ਪਾਈਏ ਸ਼ਾਮ ਨੂੰ, ਉਹ 3500 ਦਾ ਵੰਡੇ ਦਾ ਤੋੜਾ ਨਾਲ ਮਨ ਤੂੜੀ ਖਾ ਜਾਂਦੇ, 700 ਦੀ ਉਹ। ਅੱਛਾ, ਇਹਦਾ ਨਿਰੇ ਨਾਲ ਸਾਰ ਜਾਂਦਾ, ਇਕੱਲੇ ਆਲੂ ਨਾਲ ਹੀ ਸਾਰ ਜਾਂਦਾ? ਇਕੱਲੇ ਆਲੂ ਨਾਲ ਸਾਰ ਜਾਂਦਾ। ਸਹੀ ਹੋ ਗਿਆ। ਅੱਛਾ ਚਾਚੇ, ਤੁਸੀਂ ਇਹ ਦੱਸੋ ਕਿ ਬੱਚੇ ਜਦੋਂ ਖਰੀਦਣ ਜਾਣਾ ਹੈ ਉਦੋਂ ਬੱਚੇ ਕਿਹੋ ਜਿਹੇ ਖਰੀਦਣੇ ਚਾਹੀਦੇ ਨੇ? ਬੱਚਾ ਕਰਾਸ ਦੇਸੀ ਬੱਚਾ ਖਰੀਦਣਾ ਚਾਹੀਦਾ ਜੀ। ਅੱਛਾ ਜੀ, ਕਰਾਸ ਦੇਸੀ ਦੀ ਮੁਰਾਦ ਇਹ ਹੈ ਵੀ ਦੋਗਲਾ ਬੱਚਾ ਖਰੀਦੋ,
ਜਿਹੜਾ ਕ੍ਰਾਸ ਹੈ ਨਾ ਇਹ ਵਾਧਾ ਬਹੁਤ ਆ ਇਹ ਵਜ਼ਨ ਬਹੁਤ ਦਿੰਦਾ ਇਹਦੀ ਵਿਕਰੀ ਵੀ ਹੈ ਅੱਛਾ ਤੇ ਇਹ ਜਿਹੜੇ ਵਲੈਤੀ ਨੇ ਵਲੈਤੀ ਦਾ ਇਹ ਆ ਵੀ ਅੱਗੋਂ ਮੰਗ ਨਹੀਂ ਗਈ ਇਹ ਫੈਕਟਰੀ ਵਾਲੇ ਕੱਟਦੇ ਨਹੀਂ ਗੇ ਅੱਛਾ ਮੈਨੂੰ ਤਾਂ ਪਤਾ ਚੱਲਿਆ ਵਲੈਤੀ ਜਿਹੜਾ ਵਜ਼ਨ ਬੜਾ ਵਧਾਉਂਦਾ ਹੈ ਵਜ਼ਨ ਬਹੁਤ ਵਧਾਉਂਦਾ ਪਰ ਵਲੈਤੀ ਅੱਗੋਂ ਕਟਿੰਦਾ ਨਹੀਂ ਗਾ ਸਹੀ ਹੈ ਅੱਗੇ ਮਤਲਬ ਸਲਾਟਰ ਦਾ ਉਸੇ ਨੂੰ ਮੰਗ ਘੱਟ ਹੈ ਮੰਗ ਘੱਟ ਹੈ ਸਹੀ ਹੋ ਵੇਖ ਤਾਂ ਸਾਰੀ ਸ਼ੈ ਜਾਂਦੀ ਹੈ ਹਾਂ ਵਿਕਣੋ ਕੋ ਰਹਿੰਦਾ ਤਾਂ ਨਹੀਂ ਗਾ ਸਹੀ ਹੈ ਤੇ ਜੇ ਜਦੋਂ ਤੁਸੀਂ ਮੰਡੀ ਚੋਂ ਵੱਛਾ ਖਰੀਦਦੇ ਕਿੰਨੇ ਵਜ਼ਨ ਦਾ ਖਰੀਦਦੇ ਜੇ 2 ਤੋਂ 2.5 ਮਣ 2 ਤੋਂ 2.5 ਮਣ ਦਾ ਇਹ ਜੇ 2 ਤੋਂ 2.5 ਮਣ ਦਾ ਵੱਛਾ ਹੈ ਉਹ ਤੁਹਾਨੂੰ ਕਿੰਨੇ ਚ ਪੈ ਜਾਂਦਾ ਹੈ ਉਹ ਜਿਹੜਾ 2.5 ਮਣ ਦਾ ਉਹ 60 ਦਾ ਲੱਭਦਾ ਜਿਹੜਾ ਜਿਹੜਾ ਹੈਗਾ 2 ਮਣ ਦਾ ਉਹ 50 52 ਦਾ ਉਹ ਵੱਛੇ ਦੀ ਨਿਸਬਤ ਹੁੰਦੀ ਹੈ ਇੱਕ ਵੱਛਾ ਚੰਗਾ ਭਰਿਆ ਤਾਂ ਉਹਦਾ 50 ਵੀ ਦੇ ਦੇਈਦਾ ਵੱਛਾ ਮਾਠਾ ਤੇ 50 ਤੋਂ ਘੱਟ ਵੀ ਬਣ ਜਾਂਦਾ ਸਹੀ ਹੈ ਅੱਛਾ ਵੱਛੇ ਆ ਗਏ ਵੱਛੇ ਖਰੀਦਣ ਤੋਂ ਬਾਅਦ ਇਹਨਾਂ ਤੁਸੀਂ ਤਿੰਨਾਂ ਮਹੀਨਿਆਂ ਦਾ ਇੱਕ ਵੱਛਾ ਤੁਹਾਡਾ ਤਿੰਨਾਂ ਮਹੀਨਿਆਂ 'ਚ ਕਿੰਨੇ ਦੇ ਪੈਸੇ ਖਾ ਜਾਂਦਾ ਹੈ ਇਹ ਖਾ ਜਾਂਦਾ ਹੈ ਤਿੰਨਾਂ ਮਹੀਨਿਆਂ ਦੇ ਵਿੱਚ 32-33 ਹਜ਼ਾਰ ਰੁਪਇਆ ਖਾ ਜਾਂਦਾ ਅੱਛਾ ਇੱਕ ਵੱਛਾ ਤੁਹਾਨੂੰ 32-33 ਹਜ਼ਾਰ ਰੁਪਇਆ ਖਾਂਦਾ ਹੈ ਹਾਂਜੀ ਤੇ ਇਹ ਜਦੋਂ ਤੁਸੀਂ ਤਿਆਰ ਹੋ ਜਾਂਦਾ 90 ਦਿਨ ਬਾਅਦ 3 ਮਹੀਨੇ ਬਾਅਦ ਵੱਛਾ ਤਿਆਰ ਹੋ ਜਾਂਦਾ ਤੇ ਉਹਦੇ ਸੇਲ ਕਿੰਨੇ ਦਾ ਹੋ ਜਾਂਦਾ ਪਰ ਵੱਛੇ ਮਗਰ ਤੁਹਾਨੂੰ ਕਿੰਨੇ ਪੈਸੇ ਬਚਦੇ 1,10,000 ਦਾ ਵੀ ਹੋ ਜਾਂਦਾ 1,05,000 ਦਾ ਵੀ ਹੋ ਜਾਂਦਾ 1,07,000 ਦਾ ਵੀ ਹੋ ਜਾਂਦਾ ਸਹੀ ਹੈ ਮਤਲਬ ਕਿ ਤੁਹਾਨੂੰ ਪਰ ਵੱਛੜੇ ਮਗਰ ਕਿੰਨੇ ਕੁ ਪੈਸੇ ਬਚ ਜਾਂਦੇ ਨੇ ਕੋਈ 10 ਵੀ ਛੱਡ ਜਾਂਦਾ ਕੋਈ 20 ਵੀ ਛੱਡ ਜਾਂਦਾ ਹੈ ਸਹੀ ਹੈ ਕੋਈ 5 ਵੀ ਛੱਡ ਜਾਂਦਾ ਹੈ ਉਹ ਅਗਰ ਸਾਰਿਆਂ ਦੀ ਐਵਰੇਜ ਇਕੱਠੀ ਕਰੀਏ ਤੇ ਕਿੰਨੀ ਕੁ ਬਣ ਜਾਂਦੀ ਤਕਰੀਬਨ 2,00,000-1,50,000 ਬਣ ਜਾਂਦਾ 3 ਮਹੀਨੇ ਸਹੀ ਹੋ ਗਿਆ ਅੱਛਾ ਚਾਚਾ ਜੀ ਇਹ ਵੱਛੇ ਜਿਹੜੇ ਤੁਸੀਂ 10 ਵੱਛੇ ਆਸ਼ਰਮ ਰੱਖੇ ਆ ਇਹਨਾਂ ਦੀ ਕਿੰਨੀ ਜਗ੍ਹਾ ਤੁਹਾਡੇ ਕੋਲ ਇਹਨਾਂ ਦੀ ਜਗ੍ਹਾ 10 ਮਰਲੇ ਆ ਅੱਛਾ ਇਹਨਾਂ ਨੂੰ ਚਾਚਾ 10 ਮਰਲੇ ਤੁਸੀਂ ਰੱਖਿਆ ਇਹਨਾਂ ਵਾਸਤੇ ਕੋਈ ਗਰਮੀ ਸਰਦੀ ਦਾ ਕੋਈ ਮੌਸਮ ਗਰਮੀ ਸਰਦੀ ਦਾ ਬਹੁਤ ਫਰਕ ਪੈਂਦਾ ਉੱਥੇ ਪੱਖਾ ਲਾਉਣਾ ਪੈਂਦਾ ਗਰਮੀਆਂ 'ਚ ਤੇ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਅੱਗੋਂ ਤਰਪਾਲ ਤਰਪੂਲ ਸੜਨੀ ਪੈਂਦੀ ਵੀ ਇਹਨਾਂ ਨੂੰ ਸਰਦੀ ਨਾ ਲੱਗੇ ਮਤਲਬ ਕਿ ਜਿਵੇਂ ਦੂਸਰੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੂਜੇ ਜਾਨਵਰਾਂ ਦਾ ਖਿਆਲ ਕਰਨਾ ਪੈਂਦਾ ਉਸ ਤਰ੍ਹਾਂ ਇਹਨਾਂ ਦਾ ਖਿਆਲ ਕਰਨਾ ਨਹੀਂ ਪੈਂਦਾ ਖਿਆਲ ਕਰਨਾ ਵੀ ਪੈਂਦਾ ਤੇ ਨਹੀਂ ਵੀ ਕਰਨਾ ਪੈਂਦਾ ਇਹ ਇਹਨਾਂ ਨੂੰ ਨਾ ਗਰਮ ਵੰਡਾ ਖਾਣ ਤੇ ਬਾਹਰ ਬੈਂਦੇ ਨੇ ਸਹੀ ਹੈ ਆਲੂ ਵੀ ਖਾਣ ਤੇ ਤਾਂ ਵੀ ਇਹ ਬਾਹਰ ਬੈਂਦੇ ਨੇ ਸਹੀ ਹੈ ਯਾਨੀ ਕਿ ਐਡਾ ਇਹਨਾਂ ਦਾ ਨਾ ਐਡਾ ਖਿਆਲ ਨਹੀਂ ਕਰਨਾ ਪੈਂਦਾ ਵੀ ਸਹੀ ਹੋ ਗਿਆ ਸਿਰਫ ਇਹਨਾਂ ਦਾ ਖਿਆਲ ਇਹ ਹੈ ਆਲੂ ਖਾਣ ਨਾਲ ਤੇ ਇਹਨਾਂ ਦਾ ਆਫਰਨ ਦਾ ਖਤਰਾ ਹੁੰਦਾ ਵੀ ਕੋਈ ਫੂ ਨਾ ਚੜ ਜਾਵੇ ਇਹਨਾਂ ਨੂੰ ਫਿਰ ਤੇਲ ਫੌਰਨ ਜਲਦੀ ਗਰਮ ਕਰਕੇ ਪਾਣੀ 'ਚ ਤੇਲ ਦੇਣਾ ਪੈਂਦਾ ਉਸੇ ਵੇਲੇ ਬਾਹਰ ਸਾਰਾ ਸੁੱਟ ਜਾਂਦਾ ਆਫਰ ਸਹੀ ਹੈ ਅੱਛਾ ਚਾਚਾ ਜੀ ਇਹ ਬੱਚੇ ਪਾਲਣ ਵਾਸਤੇ ਤੁਸੀਂ ਆਪਣੇ ਫਾਰਮ ਦੇ ਕਿੰਨੇ ਮੁਲਾਜ਼ਮ ਰੱਖੇ ਨੇ ਮੁਲਾਜ਼ਮ ਨਹੀਂ ਰੱਖਿਆ ਜੀ ਮੈਂ ਤੇ ਅੱਛਾ ਜੀ ਮੈਂ ਆਪ ਹੀ ਖੁਦ ਪਾਉਂਦਾ ਰਿਹਾ ਮੈਂ ਹੁਣ ਆਖਾਂ ਮੈਂ ਨੌਕਰ ਰੱਖਿਆ ਸਹੀ ਹੈ ਯਾਨੀ ਕਿ 10 ਜਿਹੜੇ ਵੱਛੇ ਨੇ ਇਹ ਇਕੱਲਾ ਬੰਦੇ ਤੁਸੀਂ ਆਪ ਹੀ ਸਾਂਭ ਰਹੇ ਹੋ ਇਹ ਜੀ ਭਾਵੇਂ ਬੱਚਾ 50 ਵੀ ਹੋਵੇ ਤਾਂ ਵੀ ਬੰਦਾ ਸਾਂਭ ਲੈਂਦਾ ਇੱਕ ਸਹੀ ਇੱਕ ਬੰਦਾ ਅੱਛਾ ਚਾਚਾ ਜੀ ਕਿਵੇਂ ਬੰਦਾ ਸਾਂਭ ਲੈਂਦਾ ਇਹ ਪੱਠੇ ਵੱਢ ਕੇ ਲਿਆਉਣੇ ਨਹੀਂ ਨਹੀਂ ਪੱਠੇ ਤੇ ਇਹਨਾਂ ਨੂੰ ਪਾਉਣੇ ਨਹੀਂ ਨਾ ਯਾਰ ਪੱਠੇ ਨਹੀਂ ਪਾਉਣੇ ਇਹਨਾਂ ਨੂੰ ਆਲੂ ਪਏ ਨੇ ਮੰਡੀ ਚੋਂ ਲਿਆਂਦੇ ਆ ਘਰੇ ਪਏ ਨੇ ਚੁੱਕ ਕੇ 2 ਤੋੜੇ ਸੁੱਟ ਦਿੱਤੇ ਖੁੱਲੀ ਸਹੀ ਹੈ ਪਾਣੀ ਦੀ ਹੌਦੀ ਪੰਪ ਚ ਲਾ ਕੇ ਭਰ ਦਿੱਤੀ ਉਹ ਪਾਣੀ ਨਾਲ ਹੌਦੀ ਭਰੀ ਗਈ ਸਾਰੀ ਦਿਹਾੜੀ ਪੀਂਦੇ ਰਹੇ ਪਿਛਾਂ ਇੱਕ ਵਾਰੀ ਖੁੱਲੀ ਆਲੂਆਂ ਦੀ ਭਰ ਦਿੱਤੀ ਸ਼ਾਮ ਤੋਂ ਹੀ ਖਾਂਦੇ ਰਹਿੰਦੇ ਨੇ ਬੰਦਾ ਇਹਨਾਂ ਨੇ ਇੱਕ ਬੰਦਾ ਵੀ ਭਾਵੇਂ 50 ਵੱਛਾ ਹੋਵੇ ਤਾਂ ਵੀ ਸਾਰ ਲੈਂਦਾ ਸਹੀ ਹੋ ਗਿਆ ਤੇ ਇਹ ਤੁਸੀਂ ਸਫਾਈ ਦਾ ਤੁਹਾਡੀ ਕੀ ਰੁਟੀਨ ਹੈ ਤੁਸੀਂ ਸਫਾਈ ਜਿਹੜਾ ਇਹ ਆਪਣੀ ਮਰਜ਼ੀ ਦੀ ਹੁੰਦੀ ਕਈ ਬੰਦੇ ਇੱਕ ਤੋਂ ਦੂਸਰੇ ਦਿਨ ਕਰ ਲੈਂਦੇ ਨੇ ਕਈ ਬੰਦੇ 4 ਦਿਨ ਨਹੀਂ ਕਰਦੇ ਕਈ ਬੰਦਾ ਦਿਹਾੜੀ ਦੇ 3 ਵਾਰੀ ਕਰ ਲੈਂਦੇ ਅੱਛਾ ਜੀ ਮੈਂ ਬੜੇ ਫਾਰਮਾਂ ਦੇ ਗਿਆ ਹਾਂ ਪਤਾ ਚੱਲਿਆ ਜੀ ਸਫਾਈ ਨਹੀਂ ਸੀ ਹੋਈ ਤਿਲਕਣ ਹੋਣ ਦੀ ਵਜ੍ਹਾ ਤੋਂ ਵੱਛਾ ਸਲਿਪ ਹੋਇਆ ਡਿੱਗਿਆ ਲੱਤ ਟੁੱਟ ਗਈ ਹੈ ਇਹਦੇ ਵਾਸਤੇ ਥੱਲੇ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਜਗ੍ਹਾ ਇਹ ਹੀ ਹੋਣੀ ਚਾਹੀਦੀ ਜੇ ਜ਼ਿਆਦਾ ਸਫਾਈ ਕਰੀਏ ਤਾਂ ਤਿਲਕਦਾ ਅੱਛਾ ਜੇ ਜ਼ਿਆਦਾ ਸਫਾਈ ਨਾ ਕਰੀਏ ਤੇ ਫਿਰ ਹੁਣ ਜੇ ਆ ਤਿਲਕਣ ਹੋਈ ਹੈ ਨਾ ਇਹ ਐਵੇਂ ਰਹਿਣ ਤਾਂ ਬੱਚਾ ਘੱਟ ਤਿਲਕਦਾ ਸਹੀ ਹੈ ਜੇ ਬਹੁਤੀ ਸਫਾਈ ਕੀਤੀ ਜੇ ਸੋਲੰਗ ਨੰਗਾ ਕਰ ਦਈਏ ਇਹ ਭਾਈ ਤਿਲਕਦਾ ਸਹੀ ਹੈ ਅੱਛਾ ਜਦੋਂ ਵੱਛਾ ਤਿਲਕ ਜਾਂਦਾ ਜਾਂ ਨੁਕਸਾਨ ਹੋ ਜਾਂਦਾ ਉਹਦੀ ਲੱਤ ਬਾਂਹ ਟੁੱਟਣ ਦੇ ਫਿਰ ਤੁਸੀਂ ਕੀ ਕਰਦੇ ਜੀ ਉਹਨੂੰ ਫਿਰ ਉਹਨੂੰ ਵੇਚ ਦੇਈਦਾ ਫਿਰ ਉਹ ਤਿਆਰ ਤਾਂ ਨਹੀਂ ਨਾ ਹੁੰਦਾ ਇੱਥੇ ਹੀ ਵੇਚਦੇ ਜੇ ਜਾਂ ਅੱਗੇ ਅਗਰ ਨਹੀਂ ਨਹੀਂ ਇੱਥੇ ਵੇਚ ਦੇਈਦਾ ਫਿਰ ਕਿਸਾਈਆਂ ਨੂੰ ਦੇ ਦੇਈਦਾ ਜਿਹੜੇ ਵਟੀਜ ਹੁਣ ਵੱਟ ਲਈਦੇ ਸਹੀ ਹੋ ਗਿਆ ਯਾਨੀ ਕਿ ਫਾਰਮ ਦੇ ਵਿੱਚ ਨੁਕਸਾਨ ਦੀ ਵਜ੍ਹਾ ਸਿਰਫ ਇਹ ਹੀ ਹੈ ਅੱਛਾ ਜੀ ਇਹਨਾਂ ਦੇ ਵਿੱਚ ਬਿਮਾਰੀ ਦੀ ਕੀ ਸੂਰਤ ਹਾਲ ਹੈ ਇਸ ਟਾਈਮ ਜਿਹੜੀ ਕਿਹੜੀ ਬਿਮਾਰੀ ਆਉਂਦੀ ਇਹਨਾਂ ਨੂੰ ਇਸ ਵੇਲੇ ਬਿਮਾਰੀ ਇਹਨਾਂ ਨੂੰ ਆਉਂਦੀ ਹੈ ਅੱਗੇ ਦਾਣੇ ਵਾਲੀ ਆਈ ਰਹੀ ਹੈ ਹੁਣ ਮੂੰਹ ਖੋਰ ਦੀ ਬਿਮਾਰੀ ਆਈ ਮੂੰਹ ਖੋਰ ਦੀ ਬਿਮਾਰੀ ਵਾਸਤੇ ਕੀ ਕਰਦੇ ਜੇ ਉਹਦੇ 'ਚ ਇਹ ਹੈ ਵੀ ਜਾਂ ਤਾਂ ਵੈਕਸੀਨ ਲਵਾ ਲਓ 25 ਡੰਗਰਾਂ ਦੀ ਵੈਕਸੀਨ ਹੁੰਦੀ 6,000 ਦੀ ਆਉਂਦੀ ਹੈ ਅੱਛਾ ਜੀ ਜੇ ਉਹ ਨਹੀਂ ਕਰਾਉਣੀ ਤਾਂ ਫਿਰ ਤੁਸੀਂ ਕੋਈ ਪੀਰ ਲੈ ਆਓ ਸਹੀ ਹੋ ਅੱਲਾ ਅੱਲਾ ਕਰਾਓ ਯਾਨੀ ਕਿ ਅਗਰ ਤੁਸੀਂ ਵੈਕਸੀਨ ਨਹੀਂ ਕਰ ਸਕਦੇ ਫਿਰ ਕੋਈ ਪੀਰ ਲਿਆ ਕੇ ਦਮ ਕਰਾ ਲਓ ਦਮ ਕਰਾ ਲਓ ਸਹੀ ਹੋ ਗਿਆ ਚਾਚਾ ਜੀ ਵੱਛਾ ਫਾਰਮਿੰਗ ਦੇ ਵਿੱਚ ਇਹਦੇ ਵਿੱਚ ਮੁਸ਼ਕਲਾਂ ਤੁਹਾਨੂੰ ਕੀ ਆਉਂਦੀਆਂ ਨੇ ਮੁਸ਼ਕਲਾਂ ਇਹਦੇ ਕੋਈ ਨਹੀਂ ਆਉਂਦੀ ਸਵੇਰ ਉੱਠੋ ਨਮਾਜ਼ ਪੜੋ ਨਮਾਜ਼ ਪੜ ਕੇ ਤੁਸੀਂ ਇਹਨਾਂ ਨੂੰ ਆਲੂ ਪਾ ਦਿਓ ਅੱਧਾ ਘੰਟਾ ਟਾਈਮ ਦਿਓ ਉਹਦੀ ਕੋਲ ਪੰਪ ਚਲਾ ਦਿਓ ਭਰ ਜਾਂਦੀ ਉਹਦੀ ਤੇ ਆਲੂਆਂ ਦੀ 2 ਬੋਰੀਆਂ ਸੁੱਟੋ
12 बजे आन के फिर दो बोरियां सट्टो धौदी पानी दी भरो, शाम फिर दो बोरियां सट्टो आलूआं दी ताजा धौदी भरो बस। अच्छा चाचा जी तुसीं इह दसो कि इह तुहाडा वेचण दा कीवें आ कि पहले तरह ही जिवें व्यापारी आए बच्चे खरीदे पैसे अज दे रहे सुबह दे रहे हैं ओ हिसाब है या कितने होर वेच रहे हो? नहीं जी नहीं गोश्त जांदा बाहर। अच्छा जी बाहर ए है वे इत्थों टा गड्डी भरी ते आदी लै के उत्थे फैक्ट्री दे विच जा कटा के नारोवाल आ गए। अच्छा जी नारोवाल आदा उन्होंने जिंदा अकाउंट है उन्दे नाल पैसे आ जांदे। सही है मतलब के तुहाडे अकाउंट च पैसे आ जांदे व्यापारियां दा काम ही मुक गया। हां काम मुक गया जी सही हो गया। अच्छा चाचा जी इस टाइम जिहड़े तुहाडे कोल बच्चे ने किन्ने बच्चे ने ते किन्नी उम्र दे ने? 10 बच्चे ने 2-2 साल का बच्चा होया खड़ा ने हुण ते तुहानू लियांदे नू किन्नी देर हो गई है? ये 1.5 महीना हो गया। सही हो गया ते ए तुसी किदो बेचोगे इन्हां नू? बेचांगे 1 महीने तो बाद। सही हो गया यानी के 2.5 तो 3 महीने दे बच्चे। हां 3 महीने पूरे 90 दिन दे 90 दिन दे करके। अच्छा चाचा जी तुहानू ए बच्चे मगर किन्ने पैसे बच जांदे? 20,000 रुपया बच जाएगा यार जे आलू दा सीजन होवे ते। अच्छा जी ਜਿਵੇਂ ਕਿ ਹੁਣ ਆਲੂ ਦਾ ਸੀਜ਼ਨ ਆਲੂ ਦਾ ਸੀਜ਼ਨ ਤੇ ਜੇ ਤੂੜੀ ਵੰਡਾ ਪਾਈਏ ਤੇ ਫਿਰ ਘੱਟ ਵੱਧ ਜਾਂਦਾ ਕੋਈ 2-4,000 ਰੁਪਈਆ। ਸਹੀ ਹੈ ਯਾਨੀ ਕਿ ਤੁਹਾਨੂੰ ਆਲੂ ਦਾ ਜਿਹੜਾ ਸੀਜ਼ਨ ਹੈ ਉਹ ਸਹੀ ਲੱਗਦਾ ਹੈ? ਹਾਂ ਆਲੂ ਦਾ ਸੀਜ਼ਨ ਸਹੀ ਲੱਗਦਾ। ਅੱਛਾ ਚਾਚਾ ਜੀ ਤੁਸੀਂ ਪਾਕਿਸਤਾਨੀਆਂ ਨੂੰ ਕੀ ਮਸ਼ਵਰਾ ਦਵੋਗੇ? ਪਾਕਿਸਤਾਨੀਆਂ ਨੂੰ ਮਸ਼ਵਰਾ ਇਹ ਦਿਆਂਗੇ ਵੀ ਆਦਾ ਕਾਰੋਬਾਰ ਕਰਨ ਵਾਲੇ ਬੱਚੇ ਪਾਉਣ। ਸਹੀ ਹੈ ਤੇ ਅੱਲਾਹ ਤਾਲਾ ਰੋਜ਼ੀ ਦਿੰਦਾ ਹੈ। ਸਹੀ ਹੈ ਤੇ ਬਾਹਰ ਜਾ ਕੇ ਕਿਸੇ ਦੀ ਨੌਕਰੀ ਜਿਹੜੀ ਕਰਨੀ ਉਹਦੇ ਨਾਲ ਘਰ ਦਾ ਕੰਮ ਸੇੜ ਲਓ ਜੀ ਉਹ ਚੰਗਾ ਹੈ। ਸਹੀ ਹੋ ਗਿਆ जी। तो नाज़रीन कैसी लगी आपको आज की हमारी वीडियो? अगर वीडियो अच्छी लगी है तो लाइक कमेंट ज़रूर करें। फिर मिलेंगे नई वीडियो में, तब तक के लिए अल्लाह हाफिज़।